ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਮੁਕਤਸਰ ਮਲੋਟ ਰੋਡ ਤੇ ਵਾਪਰੇ ਦਰਦਨਾਕ ਹਾਦਸੇ ਦੀਆਂ, ਜਿਸ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਜਿੱਥੇ ਬੀਤੇ ਦਿਨੀ ਦੋ ਭਰਾ ਤੇ ਉਹਨਾਂ ਦਾ ਇੱਕ ਦੋਸਤ ਬਾਬਾ ਫਰੀਦ ਦੇ ਸਥਾਨ ਤੇ ਮੱਥਾ ਟੇਕ ਕੇ ਆਪਣੀ ਸਵਿਫਟ ਗੱਡੀ 'ਚ ਵਾਪਸ ਜਾ ਰਹੇ ਸਨ ਕਿ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਵੇਲੇ ਅਚਾਨਕ ਸੜਕ ਤੇ ਵੱਡਾ ਖੱਡਾ ਆ ਗਿਆ ਤੇ ਉਸ ਖੱਡੇ 'ਚ ਗੱਡੀ ਟਕਰਾਉਣ ਤੋਂ ਬਾਅਦ ਉਹਨਾਂ ਦੀ ਗੱਡੀ ਅਨਬੈਲੈਂਸ ਹੋ ਗਈ ਤੇ ਸਿੱਧਾ ਦਰਖਤ ਦੇ ਨਾਲ ਜਾ ਟਕਰਾਈ। ਗੱਡੀ ਚਲਾ ਰਿਹਾ ਨੌਜਵਾਨ ਕੁਲਦੀਪ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਿਆ, ਜਦਕਿ ਉਸਦੇ ਭਰਾ ਤੇ ਦੋਸਤ ਦੀ ਜਾਨ ਚਲੀ ਗਈ। ਕੁਲਦੀਪ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਮੈਂ ਸੀਗਾ, ਇੱਕ ਬ੍ਰਦਰ ਸੀਗਾ, ਇੱਕ ਫਰੈਂਡ ਸੀਗਾ। ਤੇ ਕੌਣ ਚਲਾ ਰਿਹਾ ਸੀ ਗੱਡੀ? ਮੈਂ ਚਲਾ ਰਿਹਾ ਸੀ। ਸਰ, ਇਸ ਤਰ੍ਹਾਂ ਹਾਦਸਾ ਕਿਵੇਂ ਵਾਪਰ ਗਿਆ? ਓਵਰਟੇਕ ਕਰ ਰਹੇ ਸੀ ਗੱਡੀ ਨੂੰ, ਉਸ ਤੋਂ ਬਾਅਦ ਅਸੀਂ ਆਪਦੀ ਸਾਈਡ ਜਾਏ ਤੇ ਉਹ ਖੱਡਾ ਬਹੁਤ ਵੱਡਾ ਸੀਗਾ, ਖੱਡੇ 'ਚ ਵੱਜ ਗਈ ਗੱਡੀ, ਦਰਖਤ ਵਿੱਚ ਜਾ ਵੱਜੀ। ਤੁਹਾਨੂੰ ਇੱਥੇ ਹੋਸਪਿਟਲ ਕੌਣ ਲੈ ਕੇ ਆਇਆ ਜੀ? ਸਾਨੂੰ ਸਾਰਾ ਵਾਲੀ ਜੀ। ਤੇ ਪੁਲਿਸ ਨੇ ਤੁਹਾਡੀ ਸਟੇਟਮੈਂਟ ਵਗੈਰਾ ਲਈ ਹੈ ਕਿ ਨਹੀਂ ਜੀ? ਪੁਲਿਸ ਹੁਣੇ ਲੈ ਗਈ ਜੀ, ਥੋੜ੍ਹਾ ਟਾਈਮ ਹੋਇਆ। ਉੱਥੇ ਇਸ ਮਾਮਲੇ ਤੇ ਪੁਲਿਸ ਨੇ ਵੀ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ, ਮਾਮਲਾ ਆ ਗਿਆ, ਕੱਲ੍ਹ ਐਕਸੀਡੈਂਟ ਹੋਇਆ ਸੀ, RJ 13 CV 6611 ਸਵਿਫਟ ਕਾਰ ਤੇ ਤਿੰਨ ਨੌਜਵਾਨ ਸਵਾਰ ਸੀ, ਜਿਹੜੇ ਬਾਬਾ ਫਰੀਦ ਜੀ ਦੇ ਮੱਥਾ ਟੇਕ ਕੇ ਆਪਣੇ ਗੰਗਾਨਗਰ ਨੂੰ ਜਾ ਰਹੇ ਸੀ। ਰਸਤੇ 'ਚ ਚੱਕਦੂਹਲ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਗੱਡੀ ਜਿਹੜੀ ਖੱਡੇ 'ਚ ਵੱਜਣੇ ਕਰਕੇ ਸੜਕ 'ਤੇ ਡਾਵਾਂ ਡੋਲ ਹੋ ਗਈ, ਡਾਵਾਂ ਡੋਲ ਹੋਣ ਕਰਕੇ ਜਿਹੜੀ ਦਰਖਤ 'ਚ ਟਕਰਾ ਗਈ ਆ। ਦਰਖਤਾਂ ਟਕਰਾਉਣ ਕਰਕੇ ਜਿਹੜੇ ਤਿੰਨਾਂ ਜਣਿਆਂ ਦੇ ਕਾਫੀ ਗੰਭੀਰ ਜ਼ਖਮ ਹੋਏ, ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਅਸੀਂ ਸਹਾਰਾ ਵੈਂ ਦਾ ਹੀ ਸਿਵਲ ਹਸਪਤਾਲ ਪਹੁੰਚਾਇਆ। ਰਸਤੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਆ ਅਤੇ ਇੱਕ ਜਿਹੜਾ ਜ਼ੇਰੇ ਇਲਾਜ ਆ ਬਾਂਸਲ ਹਸਪਤਾਲ। ਹੁਣ ਜ਼ਾਹਿਰ ਹੀ ਇਹਨਾਂ ਦੋ ਨੌਜਵਾਨਾਂ ਦੀ ਜਾਨ ਬਾਰਿਸ਼ ਨਾਲ ਬਣੇ ਖੱਡਿਆਂ ਅਤੇ ਪ੍ਰਸ਼ਾਸਨ ਦੀ ਨਲਾਇਕੀ ਦੀ ਵਜ੍ਹਾ ਨਾਲ ਗਈ ਹੈ, ਜੋ ਟੈਕਸ ਤਾਂ ਵਸੂਲ ਲੈਂਦੇ ਨੇ ਪਰ ਸੜਕਾਂ ਦੀ ਮੁਰੰਮਤ ਨਹੀਂ ਕਰਵਾਉਂਦੇ। ਕਾਸ਼ ਉਸ ਸੜਕ 'ਤੇ ਉਹ ਖੱਡਾ ਨਾ ਹੁੰਦਾ ਅਤੇ ਸਵਿਫਟ ਗੱਡੀ ਦਾ ਬੈਲੈਂਸ ਤਾਂ ਵਿਗੜਦਾ ਅਤੇ ਦੋ ਘਰਾਂ ਦੇ ਜੀ ਅੱਜ ਜ਼ਿੰਦਾ ਹੁੰਦੇ। ਮੁਕਤਸਰ ਸਾਹਿਬ ਤੋਂ ਇਹ ਸ਼ਾਂਤੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਾਲ ਕਰੋ 93978 93978।